ਨਮਸਕਾਰ ਖਬਰਾਂ ਦੇ ਬੁਲੇਟਿਨ 'ਚ ਸਵਾਗਤ ਹੈ ਮੈਂ ਹਾਂ ਕੁਸਮ 소ਨੀਆ ਪਲਾਈਕ ਨਜ਼ਰ ਚੋਣਵੀਆਂ ਖਬਰਾਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜੈਉਪੇ ਕੋਨਤੇ ਵਿਚਾਲੇ ਵਰਚੁਅਲ ਸਮਾਗਮ ਦੌਰਾਨ ਦੋਵਲਿਆ ਅਤੇ ਵਿਸ਼ਵਹੇਤ ਦੇ ਮੁੱਦਿਆਂ ਤੇ ਚਰਚਾ ਬਿਹਾਰ ਵਿਧਾਨ ਸਭਾ ਚੋਣਾਂ ਦੇ ਤੀਜੇ ਅਤੇ ਆਖਰੀ ਗੇੜ ਲਈ 15 ਜ਼ਿਲ੍ਹਿਆਂ ਦੇ 78 ਵਿਧਾਨ ਸਭਾ ਹਲਕਿਆਂ ਵਿੱਚ ਭੜਕ ਕੇ ਵੋਟਾਂ ਪੁਆਈਆਂ ਜਾਣੀਆਂ ਖਤਮਤਦਾਨ ਲਈ ਸਾਰੀਆਂ ਤਿਆਰੀਆਂ ਮੁਕੰਮਲ ਸੂਬੇ ਦੇ 2 ਕਰੋੜ 35 ਲੱਖ ਤੋਂ ਵੱਧ ਵੋਟਰ 1204 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ। ਪర్యాਵਰਣ ਮੰਤਰੀ ਪ੍ਰਕਾਸ਼ ਚਾਵੜੇਕਰ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਤੇ ਉੱਤਰ ਭਾਰਤ ਦੇ ਹੋਰ ਖੇਤਰਾਂ ਵਿੱਚ ਪ੍ਰਦੂਸ਼ਣ ਨੂੰ ਘਟਾ ਕਰਨ ਲਈ ਸਾਰੇ ਕਦਮ ਚੁੱਕ ਰਹੀ ਹੈ। ਚੀਫ ਆਫ ਦਿ ਡਿਫੈਂਸ ਸਟਾਫ ਜਨਰਲ ਵਿਪਨ रावत ਨੇ ਕਿਹਾ ਕਿ ਸੀਮਾ ਤੇ ਝੜਪਾਂ ਅਤੇ ਸੈਨਿਕ ਕਾਰਵਾਈ ਦੇ ਕਿਸੇ ਵੀ ਵਕਤ ਵੱਡੇ ਸੰਘਰਸ਼ ਵਿੱਚ ਤਬਦੀਲ ਹੋਣ ਦੀਆਂ ਸੰਭਾਵਨਾ ਮਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰ-ਏ-ਤੈਬਾ ਦੇ ਦੁਆਤਵਾਦੀ ਟੀਲ ਇੱਕ ਆਤਵਾਦੀ ਵੱਲੋਂ ਆਤਮਸਮਰਪਣ। ਪੰਜਾਬ ਵਿੱਚ ਮੈਡੀਕਲ ਕਾਲਜਾਂ ਵਿੱਚ ਫਾਈਨਲ ਬਰੇ ਦੀਆਂ ਕਲਾਸਾਂ ਦੀ ਪੜ੍ਹਾਈ ਆਉਂਦੇ ਸੋਮਵਾਰ ਤੋਂ ਸ਼ੁਰੂ ਹੋਵੇਗੀ। ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਮਪ੍ਰਕਾਸ਼ ਸੋਨੀ ਨੇ ਕਾਲਜ ਅਤੇ ਯੂਨੀਵਰਸਿਟੀਆਂ ਖੋਲਣ ਸੰਬੰਧੀ ਸਮੀਖਿਆ ਲਈ ਮੁਹਾਲੀ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ। ਸਾਇੰਸ ਸਿਟੀ ਵਿੱਚ ਵਿਮਨ ਟੈਕਨੋਲੋਜੀ ਪਾਰਕ ਦਾ ਉਦਘਾਟਨ। ਅਤਿ ਸੁਲਤਾਨਪੁਰ ਲੋਧੀ ਵਿੱਚ ਪੰਜਾਬੀ ਸਪਤਾਹ ਨੂੰ ਸਮਰਪਿਤ ਵਿਸ਼ੇਸ਼ ਸਾਹਿਤਕ ਸਮਾਗਮ ਕਰਵਾਇਆ ਗਿਆ। ਦੇਵਨ ਖਬਰਾਂ ਦਾ ਅਵਸਥਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਟਲੀ ਦੇ ਪ੍ਰਧਾਨ ਮੰਤਰੀ ਜੈਉਪੇ ਕੋਨਤੇ ਅੱਜ ਵਰਚੁਅਲ ਦੁਵੱਲੇ ਸਿਖਰ ਸੰਮੇਲਨ ਚ ਹਿੱਸਾ ਲੈ ਰਹੇ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਰੋਨਾ ਮਹਾਮਾਰੀ ਇਤਿਹਾਸ ਵਿੱਚ ਵਿਸ਼ਵ ਯੁੱਧ 2 ਵਾਂਗ ਯਾਦ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਕਰੋਨਾ ਤੋਂ ਬਾਅਦ ਵਿਸ਼ਵ ਨੂੰ ਇਸ ਮਹਾਮਾਰੀ ਕਾਰਨ ਪੇਸ਼ ਹੋਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਮੌਕਿਆਂ ਦਾ ਲਾਹਾ ਲੈਣ ਲਈ ਤਿਆਰੀ ਕਰਨੀ ਚਾਹੀਦੀ ਹੈ ਪ੍ਰਧਾਨ ਮੰਤਰੀ ਨੇ ਕੋਵਿਡ-19 ਕਾਰਨ ਇਟਲੀ ਵਿੱਚ ਹੋਏ ਜਾਣੀ ਨੁਕਸਾਨ ਲਈ ਭਾਰਤ ਦੇ ਲੋਕਾਂ ਦੀ ਤਰਫੋਂ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਜਦ ਬਾਕੀ ਮੁਲਕ ਅਜੇ ਕਰੋਨਾ ਵਾਇਰਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਟਲੀ ਇਸ ਬਿਮਾਰੀ ਤੋਂ ਬੁਰੀ ਤਰ੍ਹਾਂ ਪੀੜਤ ਸੀ ਪਰ ਹੌਲੀ-ਹੌਲੀ ਇਟਲੀ ਨੇ ਸਫਲਤਾਪੂਰਵਕ ਸਥਿਤੀ ਤੇ ਕਾਬੂ ਪਾਇਆ। ਜ਼ਲੈਂਸੀ ਨਮਸਕਾਰ। ਸਭ ਤੋਂ ਪਹਿਲੇ ਮੈਂ ਇਟਲੀ ਮੈਂ ਕਰੋਨਾ ਵਾਇਰਸ ਦੇ ਕਾਰਨ ਹੋਈ ਖਸਤੀ ਕੇ ਲਿਏ ਮੇਰੀ ਤਰਫੋਂ और भारत के सभी नागरिकों की तरफ से संवेदना प्रकट करता हूं जब विश्व के अन्य देश कोरोना वायरस को जान ही रहे थे समझने की कोशिश कर रहे थे तब आप इस विपदा से जूझ रहे थे आपने पूरी सफलता के साथ एक अत्यंत कठिन स्थिति पर ਸ਼ਿਗਰਤਾ ਸੇ ਕਾਬੂ ਪਾਇਆ ਅਤੇ ਪੂਰੇ ਦੇਸ਼ ਕੋ ਸੰਗਠਿਤ ਵੀ ਕੀਤਾ ਮਹਾਮਾਰੀ ਕੇ ਉਨ ਪਹਿਲੇ ਇਸ ਮਿਲਨ ਵਿੱਚ ਦੋਵੇਂ ਨੇਤਾ ਦੁਵੱਲੇ ਸੰਬੰਧਨ ਦੀ ਵਿਸਥਾਰਪੂਰਵਕ ਸਮੀਖਿਆ ਕਰ ਰਹੇ ਨੇ ਅਤੇ ਇੱਕ ਦੂਜੇ ਨਾਲ ਜੁੜੇ ਵੱਡੇ ਖੇਤਰੀ ਅਤੇ ਵਿਸ਼ੇ ਮੁੱਦਿਆਂ ਤੇ ਆਪਣੇ ਵਿਚਾਰ ਸਾਂਝੇ ਕਰ ਰਹੇ ਨੇ ਇਸ ਦੌਰਾਨ ਕਈ ਸਰਕਾਰੀ ਅਤੇ ਨਿੱਜੀ ਖੇਤਰ ਦੇ ਸਮਝੌਤਿਆਂ ਨੂੰ ਵੀ ਅੰਤਿਮ ਰੂਪ ਦਿੱਤਾ ਜਾਵੇਗਾ ਜਰਮਨੀ ਬੈਲਜੀਅਮ ਬਰਤਾਨੀਆ ਅਤੇ ਫਰਾਂਸ ਤੋਂ ਬਾਅਦ ਯੂਰਪੀ ਸੰਘ ਵਿੱਚ ਇਟਲੀ ਵੀ ਭਾਰਤ ਦਾ ਪੰਜਵਾਂ ਵੱਡਾ ਵਪਾਰਕ ਭਾਈਵਾਲ ਹੈ ਭਾਰਤ ਟੈਟਲੀ ਵਿਚਾਰੇ 2019 ਵਿੱਚ 9.52 ਅਰਬ ਯੂਰੋ ਦਾ ਵਪਾਰ ਹੋਇਆ ਸੀ ਕੋਈ 600 ਵੱਡੀਆਂ ਇਟਾਲੀਅਨ ਕੰਪਨੀਆਂ ਭਾਰਤ ਵਿੱਚ ਸਰਗਰਮ ਨੇ ਜੋ ਫੈਸ਼ਨ ਅਤੇ ਕਪੜਾ ਬੁਨਿਆਦੀ ਢਾਂਚੇ ਰਸਾਇਣ ਊਰਜਾ ਤੇ ਬੀਮਾ ਨਾਲ ਸੰਬੰਧਿਤ ਨੇ ਇਹਨਾਂ ਤੋਂ ਇਲਾਵਾ ਕਈ ਭਾਰਤੀ ਕੰਪਨੀਆਂ ਵੀ ਇੱਟਲੀ ਵਿੱਚ ਸਰਗਰਮ ਨੇ ਵਿਹਾਰ ਵਿਧਾਨ ਸਭਾ ਦੇ ਤੀਜੀ ਅਤੇ ਆਖਰੀ ਗੇੜ ਤਹਿਤ મતદાન ਲਈ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਇਸ ਪੜਾਅ ਤਹਿਤ ਸੂਬੇ ਦੇ 15 ਜ਼ਿਲ੍ਹਿਆਂ ਦੇ ਕਿਸ਼ਨਗੰਜ, ਕਟਿਹਾਰ, ਮਧੇਪੁਰਾ ਤੇ ਸੁਪੋਲ ਸਮੇਤ 78 ਵਿਧਾਨ ਸਭਾ ਹਲਕਿਆਂ ਵਿੱਚ ਭੜਕੇ ਵੋਟਾਂ ਪੁਆਈਆਂ ਜਾਣਗੀਆਂ ਇਹਨਾਂ ਦੇ ਨਾਲ ਹੀ ਵਾਲਮੀਕੀ ਨਗਰ ਸੰਸਦੀ ਸੀਟ ਲਈ ਵੀ મતદાન ਹੋਵੇਗਾ ਇਸ ਲੋਕ ਸਭਾ ਸੀਟ ਲਈ 7 ਉਮੀਦਵਾਰ ਚੋਣ ਮੈਦਾਨ ਵਿੱਚ ਨੇ ਤੀਜੇ ਪੜਾਅ ਤਹਿਤ 2 ਕਰੋੜ 35 ਲੱਖ ਤੋਂ ਵੱਧ ਵੋਟਰ 1204 ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਫੈਸਲਾ ਕਰਨਗੇ ਇਨ੍ਹਾਂ ਵਿੱਚ 110 ਮਹਿਲਾਵਾਂ ਵੀ ਸ਼ਾਮਲ ਨੇ ਮਤਦਾਨ ਦਾ ਕੰਮ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਚੱਲੇਗਾ ਬਿਹਾਰ ਦੇ ਮੁੱਖ ਚੋਣ ਅਧਿਕਾਰੀ ਐਚ ਆਰ શ્રી ਨਿਵਾਸਾ ਅਨੁਸਾਰ ਵਾਲਮੀਕੀ ਨਗਰ ਆਰਾਮਨਗਰ ਸਿਮਰੀ ਬਖਤਿਆਰਪੁਰ ਅਤੇ ਮਹਿਸ਼ੀ ਦੇ ਚਾਰ नक्सਲ ਪ੍ਰਭਾਵਿਤ ਹਲਕਿਆਂ ਵਿੱਚ ਵੋਟਾਂ ਪਾਉਣ ਦਾ ਕੰਮ ਸ਼ਾਮ 4 ਵਜੇ ਤੱਕ ਹੋਵੇਗਾ કુલ 33782 ਪੋਲਿੰਗ ਸੈਂਟਰਾਂ ਵਿੱਚੋਂ 4999 ਪੋਲਿੰਗ ਸੈਂਟਰ ਸਿਮੇਂਦਰਸ਼ੀਲ ਅਨਾਨੇ ਕਾਇ ਨੇ ਚੋਣ ਕਮਿਸ਼ਨ ਨੇ ਮਤਦਾਨ ਦੌਰਾਨ ਕੋਵਿਡ ਦੇਸ਼ ਨਿਰਦੇਸ਼ਾਂ ਦਾ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਨੇ ਇਸ ਦੌਰਾਨ ਸਾਰਿਆਂ ਨੂੰ ਮਾਸਕ ਪੋਣਾ ਜ਼ਰੂਰੀ ਹੋਵੇਗਾ। મતદાન ਦੌਰਾਨ ਥਰਮਲ ਸਕੈਨਿੰਗ ਕੀਤੀ ਜਾਵੇਗੀ ਤੇ ਸਾਰੀਆਂ ਥਾਵਾਂ ਤੇ ਸੈਨੀਟਾਈਜ਼ਰ ਉਪਲਬਧ ਕਰਵਾਏ ਜਾਣਗੇ। ਕੋਵਿਡ ਸਥਿਤੀ ਦੇ ਮੱਦੇਨਜ਼ਰ ਹਰ મતદાન ਕੇਂਦਰ ਤੇ 1500 ਵੋਟਰਾਂ ਦੀ ਥਾਂ 1000 ਵੋਟਰ ਆਪਣੇ ਵੋਟ ਦੇਣ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ। ਤੀਜੇ ਤੇ ਆਖਰੀ ਗੇੜ ਦੌਰਾਨ ਭਾਰਤੀ ਜਨਤਾ ਪਾਰਟੀ 35 ਜੀਡੀਪੀ 37 ਵਿਕਾਸਸ਼ੀਲ ਇਨਸਾਨ ਪਾਰਟੀ 5 ਅਤੇ ਹਿੰਦੁਸਤਾਨ ਆਵਾਮ ਮੋਰਚਾ ਇੱਕ ਸੀਟ ਤੇ ਚੋਣ ਲੜ ਰਹੇ ਨੇ। ਰਾਸ਼ਟਰੀ ਜਨਤਾ 당 ਨੇ 40 ਸੀਟਾਂ ਤੇ ਆਪਣੇ ਉਮੀਦਵਾਰ ਉਤਾਰੇ ਨੇ ਉੱਥੇ ਕਾਂਗਰਸ ਨੇ 25 ਤੇ ਕਬੇਪਾਕੀ ਪਾਰਟੀਆਂ ਨੇ 7 ਸੀਟਾਂ ਤੋਂ ਆਪਣੇ ਉਮੀਦਵਾਰ ਖੜੇ ਕੀਤੇ ਨੇ ਦੂਜੇ ਪਾਸੇ ਲੋਕ ਜਨ ਸ਼ਕਤੀ ਪਾਰਟੀ ਨੇ 42 ਰਾਸ਼ਟਰੀ ਲੋਕ ਸਮਤਾ ਪਾਰਟੀ ਨੇ 23 ਭੋਜਨ ਸਮਾਜ ਪਾਰਟੀ ਨੇ 19 ਅਤੇ ਰਾਸ਼ਟਰੀਵਾਦੀ ਕਾਂਗਰਸ ਪਾਰਟੀ ਨੇ 31 ਉਮੀਦਵਾਰ ਖੜੇ ਕੀਤੇ ਨੇ 243 ਮੈਂਬਰੀ ਬਿਹਾਰ ਵਿਧਾਨ ਸਭਾ ਲਈ ਤਿੰਨ ਗੇੜਾਂ ਵਿੱਚ ਚੋਣਾਂ ਹੋ ਰਹੀਆਂ ਨੇ ਪਹਿਲੇ ਗੇੜ ਦਾ ਮਤਦਾਨ 28 ਅਕਤੂਬਰ ਚੱਲ ਕੇ ਦੂਜੇ ਗੇੜ ਦਾ ਮਤਦਾਨ 3 ਨਵੰਬਰ ਨੂੰ ਹੋ ਚੁੱਕਾ ਹੈ विधानसभा ਚੁਣਾਲੀ ਪਈਆਂ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਕੀਤੀ ਜਾਵੇਗੀ। ਪర్యాਵਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਿੱਲੀ ਤੇ ਉੱਤਰ ਪ੍ਰਦੇਸ਼ ਦੇ ਹੋਰ ਖੇਤਰਾਂ ਵਿੱਚ ਪ੍ਰਦੂਸ਼ਣ ਨੂੰ ਘਟ ਕਰਨ ਲਈ ਸਾਰੇ ਕਦਮ ਚੁੱਕ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਟੈਕਨੋਲੋਜੀ ਦੀ ਵਰਤੋਂ ਕੀਤੀ ਜਾਵੇਗੀ ਤਾਂ ਜੋ ਹਵਾ ਦੇ ਪ੍ਰਦੂਸ਼ਣ ਨਾਲ ਨਜਿੱਠਿਆ ਜਾ ਸਕੇ। ਪ੍ਰਕਾਸ਼ ਜਾਵੜੇਕਰ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਹਵਾ ਦੀ ਕੁਆਲਿਟੀ ਦੇ ਪ੍ਰਬੰਧ ਲਈ ਗਠਿਤ ਕੀਤੇ ਗਏ ਕਮਿਸ਼ਨ ਦੀ ਅਗਵਾਈ ਐਮਐਮ ਕੁਟੀ ਕਰਨਗੇ। जावडेकर ने कहा कि एक कमिशन सारे सूबे दिल्ली एनसीआर आले दुआले खेतर प्रदूषण खत्म करने ला करेगा भारत में जो प्रदूषण होता है और खासकर दिल्ली और नजदीक के शहरों का जो एयर शेड है उस एयर शेड के प्रदूषण को मात देने के लिए आवश्यक उपाय और कार्रवाई ये आयोग करेगा ਚੀਫ ਆਫ ਦਿ ਡਿਫੈਂਸ ਸਟਾਫ ਜਨਰਲ ਵਿਪਨ ਰਾਵਤ ਨੇ ਕਿਹਾ ਹੈ ਕਿ ਸੀਮਾ ਤੇ ਝੜਪਾਂਤ ਸੈਨਿਕ ਕਾਰਵਾਈ ਦੇ ਕਿਸੇ ਵੀ ਤਖਤ ਵਕਤ ਵੱਡੇ ਸੰਘਰਸ਼ ਵਿੱਚ ਤਬਦੀਲ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਨੈਸ਼ਨਲ ਡਿਫੈਂਸ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਇੱਕ ਵੈਬ ਸੰਮੇਲਨ ਨੂੰ ਸੰਬੋਧਨ ਕਰਦਿਆਂ ਜਨਰਲ ਰਾਵਤ ਨੇ ਕਿਹਾ ਕਿ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰೇಖਾ ਤੇ ਸਥਿਤੀ ਤਣਾਪੂਰਨ ਬਣੀ ਹੋਈ ਹੈ ਅਤੇ ਭਾਰਤੀ ਸੈਨਾ ਨੇ ਚੀਨ ਦੀ ਸੈਨਾ ਨੂੰ ਲੱਦਾਖ ਵਿੱਚ ਉਸਤੀਆਂ ਹਰਕਤਾਂ ਦਾ ਮੂੰਹ ਤੋੜ ਜਵਾਬ ਦਿੱਤਾ ਹੈ। ਜਨਰਲ ਰਾਵਤ ਨੇ ਕਿਹਾ ਕਿ ਭਾਰਤ ਦੀ ਸਥਿਤੀ ਇੱਕਦਮ ਸਪਸ਼ਟ ਹੈ। कैसल कंट्रोल रेखा किसी बदलाव स्वीकार नहीं किया जाएगा दिचुएशन अलॉन्ग दाइन ऑफ एक्चुअल लद्दाखेटेड कॉन्सिक्वेंडवेंचर इन लद्दाख बिकॉज ऑफ द इंडियन डिफेंस फोर्सिसम एंड स्ट्रोंग रिस्पॉन्स पोस्टरिंग is unambiguous we will not accept any shifting of the line of actual control ਉਹਨਾਂ ਕਹੇ ਕਿ ਜਿਵੇਂ-ਜਿਵੇਂ ਭਾਰਤ ਦੀ ਤਾਕਤ ਵਧੇਗੀ ਉਸੇ ਅਨੁਪਾਤ ਵਿੱਚ ਰੱਖਿਆ ਸਬੰਧੀ ਚੁਣੌਤੀਆਂ ਵੀ ਵਧਣਗੀਆਂ ਚੀਫ ਆਫ ਦ ਡਿਫੈਂਸ ਸਟਾਫ ਨੇ ਕਿਹਾ ਕਿ ਦੇਸ਼ ਨੂੰ ਆਪਣੀਆਂ ਸੈਨਿਕ ਲੋੜਾਂ ਲਈ ਦੂਜੇ ਮੁਲਕਾਂ ਤੇ ਨਿਰਭਰਤਾ ਘਟਾਉਣੀ ਹੋਵੇਗੀ ਉਹਨਾਂ ਕਹੇ ਕਿ ਮੌਜੂਦਾ ਅਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਲੰਮੀ ਮਿਆਦ ਦੇ ਰੱਖਿਆ ਸਬੰਧੀ ਪ੍ਰੋਜੈਕਟਾਂ ਵਿੱਚ ਨਿਵੇਸ਼ ਕੀਤਾ ਜਾ ਰਿਹਾ ਹੈ ਪਾਕਿਸਤਾਨ ਦਸਿਕਰ ਕਰਦੇ ਹਨ ਜਨਰਲ ਰਾਵਤ ਨੇ ਕਿ ਆਕੇ ਭਾਰਤ ਦੇ ਆਤਵਾਦ ਨਾਲ ਨਜਿੱਠਣ ਦੇ ਤਰੀਕਿਆਂ ਨੇ ਉੱਥੇ ਅਨਿਸ਼ਚਿਤਤਾ ਦਾ ਮਾਹੌਲ ਬਣਾ ਦਿੱਤਾ ਹੈ ਪਰ ਫਿਰ ਵੀ ਉਹ ਸੀਮਾ ਪਾਰ ਤੋਂ ਆਤਵਾਦੀ ਲੁਕਮੀ ਲੜਾਈ ਤੋਂ ਬਾਜ਼ ਨਹੀਂ ਹਰਿਆ ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਵਿੱਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਲਸ਼ਕਰੇ ਤੈਬਾ ਨਾਲ ਸੰਬੰਧਿਤ ਦੋ ਆਤਵਾਦੀਆਂ ਨੂੰ ਟੀਰ ਕਰ ਦਿੱਤਾ ਗਿਆ ਇਸ ਦੌਰਾਨ ਇੱਕ ਨਾਗਰਿਕ ਦੇ ਮਾਰੇ ਜਾਣ ਦੀ ਵੀ ਖਬਰ ਹੈ ਸਰਕਾਰੀ ਸੂਤਰਾਂ ਨੇ ਸ਼੍ਰੀ ਨਗਰ ਵਿੱਚ ਦੱਸਿਆ ਕਿ ਪੁਲਵਾਮਾ ਦੇ ਮੀਗ ਲਾਲਪੋਰਾ ਪੰਪੋਰ ਖੇਤਰ ਵਿੱਚ ਸੁਰੱਖਿਆ ਬਲਾਂ ਵੱਲੋਂ ਮੀਤੀ ਸ਼ਾਮ ਸ਼ੁਰੂ ਕੀਤੇ ਗਏ ਤਲਾਸ਼ੀਆ ਅਭਿਆਨ ਨੂੰ ਅੱਜ ਤੜਕਸਾਰ ਮੋੜ ਸ਼ੁਰੂ ਕੀਤਾ ਗਿਆ ਜਿਸ ਦੌਰਾਨ ਸੁਰੱਖਿਆ ਬਲਾਂ ਨੂੰ ਪਾਰੀ ਫਾਇਰਿੰਗ ਦਾ ਸਾਹਮਣਾ ਕਰਨਾ ਪਿਆ ਜਵਾਬੀ ਫਾਇਰਿੰਗ ਵਿੱਚ ਦੋਵੇਂ ਅੱਤਵਾਦੀ ਮਾਰੇ ਗਏ ਮਾਰੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ ਵਿੱਚ ਇਤਰਾਜ਼ ਜੋਗ ਸਮਗਰੀ ਹਥਿਆਰ ਗੋਲੀ ਸਿੱਖਾ ਤੇ ਵਿਸਫੋਟਕ ਬਰਾਮਦ ਕੀਤੇ ਗਏ ਇਸ ਤੋਂ ਕੁਝ ਘੰਟੇ ਬਾਅਦ ਪਰਿਵਾਰ ਦੇ ਮੈਂਬਰਾਂ ਵੱਲੋਂ ਸਮਝਾਏ ਜਾਣ ਤੇ ਇੱਕ ਸਥਾਨਕ ਅੱਤਵਾਦੀ ਨੇ ਆਤਮ ਹਸਮਰਪਣ ਕਰ ਦਿੱਤਾ ਸੁਰੱਖਿਆ ਬਲ ਹੀ ਅਤਵਾ ਦਿਦੇ ਪਰਿਵਾਰਕ ਮੈਂਬਰਾਂ ਨੂੰ ਮੁਕਾਬਲੇ ਵਾਲੀ ਥਾਂ ਤੇ ਲੈ ਕੇ ਆਏ ਸਨ ਭਾਰਤ ਵਿੱਚ ਬੀਤ ਦਿਨ 47638 ਨਵੇਂ ਕਰੋਨਾ ਮਾਮਲੇ ਦਰਜ ਹੋਏ ਜਿਸ ਮਗਰੋਂ ਹੁਣ ਤੱਕ ਕਰੋਨੇ ਦੀ ਪੁਸ਼ਟੀ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ 84 ਲੱਖ 11000 ਤੋਂ ਪਾਰ ਹੋ ਗਈ ਹੈ 24 ਘੰਟਿਆਂ ਵਿੱਚ ਕਰੋਨਾ ਵਾਇਰਸ ਕਾਰਨ 670 ਮਰੀਜ਼ਾਂ ਨੇ ਦਮ ਤੋੜਿਆ ਹੁਣ ਤੱਕ ਦੇਸ਼ ਵਿੱਚ ਇਸ ਮਹਾਮਾਰੀ ਕਾਰਨ 124985 ਕਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਨਵੀਂ ਦਿੱਲੀ ਵਿੱਚ ਦੱਸਿਆ ਕਿ ਕਰੋਨਾ ਦੇ ਐਕਟਿਵ ਮਾਮਲਿਆਂ ਵਿੱਚ 7198 ਦੀ ਕਮੀ ਦਰਜ ਕੀਤੀ ਗਈ ਅਤੇ ਇਸ ਸਮੇਂ ਕਰੋਨਾ ਦੇ ਐਕਟਿਵ ਮਾਮਲੇ 520773 ਨੇ ਬੀਤੇ 24 ਘੰਟਿਆਂ ਵਿੱਚ 54157 ਕਰੋਨਾ ਮਰੀਸੀਤ ਯਾਬ ਹੋਏ ਇਸ ਬਿਮਾਰੀ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਸੰਖਿਆ 7765906 ਤੇ ਪਹੁੰਚ ਗਈ ਹੈ ਕਰੋਨਾ ਤੋਂ ਠੀਕ ਹੋਣ ਦੀ ਦਰ ਵੀ 92.20% ਤੱਕ ਹੋ ਗਈ ਹੈ ਪੰਜਾਬ ਵਿੱਚ ਮੈਡੀਕਲ ਕਾਲਜਾਂ ਵਿੱਚ ਫਾਈਨਲ ਬਰੇ ਦੀਆਂ ਕਲਾਸਾਂ ਦੀ ਪੜ੍ਹਾਈ ਆਉਣ ਦੇ ਸੋਮਵਾਰ ਤੋਂ ਸ਼ੁਰੂ ਹੋ ਰਹੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ ਬਾਕੀ ਕਾਲਜਾਂ ਤੇ ਯੂਨੀਵਰਸਿਟੀਆਂ ਵੀ 16 ਨਵੰਬਰ ਤੋਂ ਖੋਲੀਆਂ ਜਾ ਰਹੀਆਂ ਨੇ। ਕਰੋਨਾ ਦੇ ਇਸ ਦੌਰ ਵਿੱਚ ਮੈਡੀਕਲ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਖੋਲਣ ਦੀਆਂ ਤਿਆਰੀਆਂ ਅਤੇ ਰਣਨੀਤੀ ਦੀ ਸਮੀਖਿਆ ਲਈ ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਓਪੀ ਸੋਨੀ ਵੱਲੋਂ ਮੁਹਾਲੀ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਦੌਰਾਨ ਕਾਲਜਾਂ ਤੇ ਯੂਨੀਵਰਸਿਟੀਆਂ ਨੂੰ ਖੋਲਣ ਲਈ ਕੋਵਿਡ ਦੇਸ਼ ਨਿਰਦੇਸ਼ਾਂ ਤੇ ਪ੍ਰੋਟੋਕੋਲ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ ਬਾਰੇ ਚ ਇਸ ਮੀਟਿੰਗ ਵਿੱਚ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਪ੍ਰਿੰਸੀਪਲ ਸਖਤਰ ਡੀਕੇ ਤਿਵਾੜੀ, ਬਾਬਾ ਫਰੀਦ ਹੈਲਥ ਸਾਇੰਸਿਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਭਾਦਰ ਅਤੇ ਪੰਜਾਬ ਦੇ ਡਾਕਟਰੀ ਸਿੱਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾਕਟਰ ਅਵਨੇਸ਼ ਕੁਮਾਰ ਵੀ ਮੌਜੂਦ ਸਨ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਨਿਆ ਓਪੀ ਸੋਨੀ ਨੇ ਦੱਸਿਆ ਕਿ 9 ਨਵੰਬਰ ਤੋਂ ਮੈਡੀਕਲ ਕਾਲਜਾਂ ਦੇ ਫਾਈਨਲ ਬਰੇਦੀਆਂ ਕਲਾਸਾਂ ਸ਼ੁਰੂ ਹੋਣ ਦੇ ਨਾਲ-ਨਾਲ ਹੋਸਟਲ ਵੀ ਖੋਲੇ ਜਾ ਰਹੇ ਨੇ। ਉਹਨਾਂ ਦੱਸਿਆ ਕਿ ਕਾਲਜਾਂ ਦੀ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈ ਤੇ ਵਿਦਿਆਰਥੀਆਂ ਨੂੰ ਮਾਸਕ ਪਾਉਣਾ ਇਸ ਤੋਂ ਇਲਾਵਾ ਕਾਲਜਾਂ ਯੂਨੀਵਰਸਿਟੀਆਂ ਵਿੱਚ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਉਚੇਚੇ ਪ੍ਰਬੰਧ ਕੀਤੇ ਗਏ ਨੇ ਉਹਨਾਂ ਦੱਸਿਆ ਕਿ ਮੋਹਾਲੀ ਵਿੱਚ ਸ਼ੁਰੂ ਹੋਣ ਵਾਲੇ ਮੈਡੀਕਲ ਕਾਲਜ ਵਿੱਚ ਪੜ੍ਹਾਈ ਅਗਲੇ ਸਾਲ ਤੋਂ ਸ਼ੁਰੂ ਹੋ ਜਾਵੇਗੀ ਕਾਲਜ ਜਿਹੜੇ ਨੇ ਅਸੀਂ ਫਾਈਨਲ ਜਿਹੜਾ ਉਹ ਜਿਹੜੇ ਸਾਡੇ ਐਮਬੀਬੀਐਸ ਦਾ ਫਾਈਨਲ ਇਅਰ ਉਹਦੇ ਅਸੀਂ 9 ਤਰੀਕ ਤੋਂ ਖੋਰੇ 16 ਤਰੀਕ ਨੂੰ ਅਸੀਂ ਜਿਹੜੇ ਸਾਰੇ ਅਸੀਂ ਕਲਾਸਾਂ ਜਿਹੜੀਆਂ ਉਹ ਚਾਲੂ ਕਰਾ ਸਰਾਂ ਦੇ ਪ੍ਰਬੰਧ ਕਰ ਰਹੇ ਨੇ ਸਾਡੇ ਪ੍ਰਿੰਸੀਪਲ ਸ਼ਕਤੀ ਇਹ ਵਿਰਾਬ ਇਹ ਕਰ ਰਹੇ ਨੇ ਸੋ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਉੱਥੇ ਅੱਜ ਕੀਤਾ ਹੈ ਇਸੇ ਤਰ੍ਹਾਂ ਆਤਮ ਨਿਰਪਰ ਭਾਰਤ ਦੇ ਟੀਚੇ ਦੀ ਪੂਰਤੀ ਲਈ ਮਹਿਲਾ ਸ਼ਕਤੀਕਰਨ ਇੱਕੋ ਇੱਕ ਹੱਲ ਹੈ ਕੋਵਿਡ-19 ਮਹਾਮਾਰੀ ਨੇ ਸਮਾਜ ਦੇ ਹਰ ਵਰਗ ਖਾਸ ਤੌਰ ਤੇ ਗਰੀਬ ਦਿਹਾੜੀਦਾਰ ਤੇ ਮਹਿਲਾਵਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਕੀਤਾ ਹੈ ਸਾਇੰਸ ਸਿਟੀ ਵੱਲੋਂ ਸਥਾਪਿਤ ਵਿਮਨ ਟੈਕਨੋਲੋਜੀ ਪਾਰਕ ਪਿੰਡੂ ਔਰਤਾਂ ਦੇ ਸ਼ਕਤੀਕਰਨ ਤੇ ਆਤਮ ਨਿਰਭਰ ਭਾਰਤ ਦੀ ਦਿਸ਼ਾ ਵੱਲ ਇੱਕ ਕਾਰਗਰ ਕਦਮ ਹੈ ਵਿਮਨ ਟੈਕਨੋਲੋਜੀ ਪਾਰਕ ਤਾਉਦ ਘਾਟਨ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਕਮ ਸੰਯੁਕਤ ਕਮਿਸ਼ਨਰ ਵਿਕਾਸ ਨੀਲੀਮਾ ਵੱਲੋਂ ਕੀਤਾ ਗਿਆ ਇਸ ਪਾਰਕ ਵਿੱਚ ਸਿਖਲਾਈ ਪ੍ਰਾਪਤ ਕਰਨਾਈਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਨੀਲੀਮਾ ਨੇ ਦੱਸਿਆ ਕਿ ਵਿਮਨ ਟੈਕਨੋਲੋਜੀ ਪਾਰਕ ਮਹਿਲਾਵਾਂ ਲਈ ਸਿਰਫ ਇੱਕ ਟ੍ਰੇਨਿੰਗ ਸੈਂਟਰ ਹੀ ਨਹੀਂ ਸਗੋ ਰੋਜ਼ੀ ਰੋਟੀ ਦਾ ਵੀ ਕੇਂਦਰ ਹੈ ਇਹ ਪਾਰਕ ਜਿੱਥੇ ਔਰਤਾਂ ਨੂੰ ਹੁਨਰਮੰਦ ਬਣਾਏਗਾ ਉੱਥੇ ਪਿੰਡੂ ਔਰਤਾਂ ਨੂੰ ਤਕਨੀਕੀ ਸਿਖਲਾਈ ਦੇ ਬਰਾਬਰ ਦੇ ਮੌਕੇ ਵੀ ਪ੍ਰਦਾਨ ਕਰੇਗਾ। ਉਹਨਾਂ ਦੱਸਿਆ ਕਿ ਸਾਇੰਸ ਸਿਟੀ ਵਿੱਚ ਖੁੰਬਾਂ ਦੀ ਖੇਤੀ ਦੀ ਸਿਖਲਾਈ ਦੇਣ ਦਾ ਕੰਮ ਆਰੰਭ ਕਰ ਦਿੱਤਾ ਗਿਆ ਹੈ। ਦੋ ਬੈਚਾਂ ਵਿੱਚ ਸਿਖਲਾਈ ਪ੍ਰਾਪਤ ਕਰਨ ਵਾਸਤੇ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਵੱਲੋਂ ਕ੍ਰਿਸ਼ੀ ਸਖੀ ਅੰਦੀਨ ਸੰਗਰੂਰ ਤਰਨਤਾਰਨ ਗੁਰਦਾਸਪੁਰ ਫਿਰੋਜ਼ਪੁਰ ਪਠਾਨਕੋਟ ਪਟਿਆਲਾ ਅਤੇ ਬਠਿੰਡਾ ਤੋਂ 64 ਕ੍ਰਿਸ਼ੀ ਸਖੀਆਂ ਦੀ ਚੋਣ ਕਰਕੇ ਭੇਜਿਆ ਗਿਆ ਹੈ। ਇਹ ਖੇਤੀ ਸਖੀਆਂ ਅਗੋਂ ਪੰਜਾਬ ਦੀਆਂ 15000 ਮਹਿਲਾ ਕਿਸਾਨਾਂ ਨੂੰ ਸਿਖਲਾਈ ਦੇਣ ਗਿਆ। ਅੱਜ ਦੇ ਸਮਾਗਮ ਵਿੱਚ ਬੋਲਦਿਆਂ ਕਪੂਰਥਲਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਦੀਪਤੀ ਉਪਪਲ ਨੇ ਦੱਸਿਆ ਕਿ ਸੈਲਫ ਹੈਲਪ ਗਰੁੱਪਾਂ ਅਧੀਨ ਕੰਮ ਕਰਨ ਵਾਲੀਆਂ ਔਰਤਾਂ ਦੀ ਮਦਦ ਲਈ ਕਪੂਰਥਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਬੀਬੀਆਂ ਦੀ ਦੁਕਾਨ ਖੋਲੀ ਗਈ ਹੈ। ਇਸ ਦੁਕਾਨ ਤੇ ਪਿੰਡਾਂ ਦੀਆਂ ਔਰਤਾਂ ਵੱਲੋਂ ਤਿਆਰ ਕੀਤਾ ਗਿਆ ਘਰੇਲੂ ਵਰਤੋਂ ਦਾ ਸਮਾਨ ਜਿਵੇਂ ਦਸਤੀ ਘਿਓ, ਬਿਸਕੁਟ, ਹਲਦੀ ਆਦਿ ਵਿਚੇ ਜਾਂਦੇ ਨੇ। ਇਹ ਔਰਤਾਂ ਸੂਟਾਂ ਦੀ ਸਿਲਾਈ ਅਤੇ ਦਸਤਕਾਰੀ ਦਾ ਵੀ ਕੰਮ ਕਰਦੀਆਂ ਨੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿੱਚ ਇਸ ਸਮੇਂ 188 ਸੈਲਫ ਹੈਲਪ ਗਰੁੱਪ ਨੇ ਜਿਨ੍ਹਾਂ ਦੇ 1992 ਮੈਂਬਰਾਂ ਵਿੱਚੋਂ 1400 ਮਹਿਲਾਵਾਂ ਨੇ ਵਿਮਨ ਟੈਕਨੋਲੋਜੀ ਪਾਰਕ ਬਾਰੇ ਜਾਣਕਾਰੀ ਦਿੰਦਿਆਂ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾਕਟਰ ਨੀਲੀਮਾ ਜੈਰਤ ਨੇ ਦੱਸਿਆ ਕਿ ਵਿਮਨ ਟੈਕਨੋਲੋਜੀ ਪਾਰਕ ਭਾਰਤ ਸਰਕਾਰ ਦੇ ਵਿਗਿਆਨ ਤੇ ਟੈਕਨੋਲੋਜੀ ਵਿਭਾਗ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਹੈ ਇਹ ਪਾਰਕ ਪਿੰਡੂ ਖਿੱਤੇ ਦੀਆਂ ਔਰਤਾਂ ਨੂੰ ਰੋਜ਼ੀ-ਰੋਟੀ ਕਮਾਉਣ ਦੇ ਅਹਿਮ ਮੌਕੇ ਪ੍ਰਦਾਨ ਕਰੇਗਾ ਉਹਨਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਪਿੰਡੂ ਮਹਿਲਾਵਾਂ ਨੂੰ ਢਿੰਗਰੀ ਦੀ ਖੇਤੀ, ਬਲੌਕ ਪ੍ਰਿੰਟਿੰਗ ਅਤੇ ਕੰਪਿਊਟਰ ਤਕਨੀਕ ਨਾਲ ਕੱਪੜਿਆਂ ਤੇ ਮਸ਼ੀਨੀ ਕਢਾਈ ਕਰਨ ਤੇ ਪਸ਼ੂਆਂ ਦੇ ਗੋਬਰ ਤੋਂ ਬਾਲਣ ਲਈ ਛਤੀਰ ਆਦਤ ਤਿਆਰ ਕਰਨ ਦੀ ਸਿਖਲਾਈ ਦਿੱਤੀ ਜਾਵੇਗੀ। ਅੱਜ ਦੇ ਸਮਾਗਮ ਵਿੱਚ ਸਾਇੰਸ ਸਿਟੀ ਦੀ ਡਾਇਰੈਕਟਰ ਡਾਕਟਰ ਰਾਜੇਸ਼ ਕਰੋਵਰ ਅਤੇ ਕਪੂਟਲਾ ਦੇ ਵਧੀਕ ਡਿਪਟੀ ਕਮਿਸ਼ਨਰ ਐਸਪੀ ਆਂਗਰਾ ਵੀ ਮੌਜੂਦ ਸਨ। ਇਸ ਦੇ ਨਾਲ ਹੀ ਖਬਰਾਂ ਦਾ ਬੁਲਟਿਨ ਖਤਮ ਹੁੰਦਾ ਹੈ। ਆਗਿਆ ਦਿਓ, ਧੰਨਵਾਦ।